ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਲਜੀਤ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਲਵ ਫੋਰ ਐਵਰ ਚੈਨਲ। ਦੋਸਤੋ, ਗੱਲ ਕਰਨ ਜਾ ਰਿਹਾ ਮੁੱਖ ਮੰਤਰੀ ਦੀ। ਮੁੱਖ ਮੰਤਰੀ ਅਜਿਹਾ ਬੱਚਾ ਜੋ ਪੰਜਾਬੀ ਇੰਡਸਟਰੀ ਵਿੱਚ ਬਹੁਤ ਹੀ ਘੱਟ ਸਮੇਂ ਵਿੱਚ ਬਹੁਤ ਹੀ ਜ਼ਿਆਦਾ ਫੇਮਸ ਹੋ ਗਿਆ ਅਤੇ ਹੁਣ ਦੇ ਟਾਈਮ ਵਿੱਚ ਹਮੇਸ਼ਾ ਹੀ ਸੁਰਖੀਆਂ 'ਚ ਰਹਿੰਦਾ ਹੈ। ਜਿੱਥੇ ਵੀ ਦੇਖੋ ਗੱਲਾਂ ਹੁੰਦੀਆਂ ਤਾਂ ਮੁੱਖ ਮੰਤਰੀ ਦੀਆਂ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੁੱਖ ਮੰਤਰੀ ਦਾ ਨਵਾਂ ਗਾਣਾ ਆ ਰਿਹਾ ਹੈ ਸੋਨੀ ਮਾਨ ਨਾਲ, ਜਿਸ ਗਾਣੇ ਦਾ ਨਾਮ ਹੈ ਡੈਵਿਲ, ਅਤੇ ਕੁਝ ਦਿਨ ਪਹਿਲਾਂ ਹੀ ਇਸ ਗਾਣੇ ਦਾ ਟੀਜ਼ਰ ਰਿਲੀਜ਼ ਹੋਇਆ ਜਿਸ ਨੂੰ ਲੋਕਾਂ ਨੇ ਕਾਫੀ ਪਿਆਰ ਦਿੱਤਾ। ਤੇ ਦੋਸਤੋ, ਲੋਕਾਂ ਨੂੰ ਕਾਫੀ ਵੇਟ ਹੈ ਹੁਣ ਇਸ ਪੂਰੇ ਸੌਂਗ ਦੀ, ਤੇ ਆਓ ਮੁੱਖ ਮੰਤਰੀ ਦੇ ਸੋਨੀ ਮਾਨ ਦੀ ਉਸ ਵੀਡੀਓ ਵਾਲੇ ਇੱਕ ਝਾਤ ਮਾਰਦੇ ਹਾਂ ਜਿਸ ਵਿੱਚ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਡੈਵਿਲ ਪੂਰਾ ਸੌਂਗ ਕਦੋਂ ਆਵੇਗਾ। ਕਦੋਂ ਆ ਰਿਹਾ ਗਾਣਾ ਤੁਹਾਡਾ? ਫਿਰ ਸਾਡਾ ਗਾਣਾ 9 ਜਾਂ 10 ਤਰੀਕ ਨੂੰ ਅਸੀਂ ਸਾਰੀਆਂ ਬੇਸਾਂ ਪਾੜ ਦੇਣੀਆਂ। ਹਾਂਜੀ, ਮੇਰਾ 9-10 ਤਰੀਕ ਨੂੰ ਗਾਣਾ ਭੱਜਾ ਹੁੰਦਿਆ ਵਾ, ਤੇ ਗਾਣਾ ਫਿਰ ਜੀ ਤੁਹਾਨੂੰ ਪਤਾ ਬੇਸਾਂ ਪਾੜ ਦੇਣੀਆਂ ਵਾ, ਤੇ ਆਹ ਜਿਹੜੇ ਆ ਤੁਹਾਨੂੰ ਪਤਾ ਰੋਡਾਂ ਵੇ ਸੜਕਿਆ ਤੇ ਗਾਣਾ ਨੱਠਾ ਆਉਣਾ, ਸੜਕਾਂ ਇੰਨਾ ਸੜਕਾਂ ਰੋਡਾਂ ਤੇ ਰੋਡ ਸੜਕਾਂ ਪਾੜ ਜਾਣੀਆਂ, ਲੋਕ ਨਵੀਂ ਪਾਉਣੀ ਪੈਣੀ ਆ ਹਜੇ, ਤੇ ਬੇਸਾਂ ਵੀ ਨਵੀਆਂ ਲਿਆ ਕੇ ਰੱਖਿਓ, ਸਾਰੀਆਂ ਪਾੜ ਦਾਂਗੇ। ਹਾਂਜੀ ਦੋਸਤੋ, ਤੁਸੀਂ ਦੇਖਿਆ ਕਿ ਮੁੱਖ ਮੰਤਰੀ ਤੇ ਸੋਨੀ ਮਾਨ ਇਹ ਕਹਿ ਰਹੇ ਨੇ ਕਿ ਉਹਨਾਂ ਦਾ ਗਾਣਾ ਡੈਵਿਲ 9 ਜਾਂ 10 ਤਰੀਕ ਨੂੰ ਰਿਲੀਜ਼ ਹੋਵੇਗਾ। ਪਰ ਦੋਸਤੋ, ਆਪਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਯੂਟਿਊਬ ਚੈਨਲ 62 ਵੈਸਟ ਸਟੂਡੀਓ, ਜਿਸ ਤੇ ਮੁੱਖ ਮੰਤਰੀ ਦਾ ਪਹਿਲਾ ਸੌਂਗ ਆਇਆ ਧਮਕ ਬੇਸ, ਤੇ ਉਸ ਤੋਂ ਬਾਅਦ ਡੈਵਿਲ ਸੌਂਗ ਦਾ ਟੀਜ਼ਰ ਰਿਲੀਜ਼ ਹੋਇਆ, ਤੇ 62 ਵੈਸਟ ਸਟੂਡੀਓ ਯੂਟਿਊਬ ਚੈਨਲ ਨੇ ਇੰਸਟਾ ਤੇ ਇੱਕ ਪੋਸਟ ਪਾ ਕੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ ਡੈਵਿਲ ਸੌਂਗ 10 ਫਰਵਰੀ ਨੂੰ ਰਿਲੀਜ਼ ਹੋਵੇਗਾ। ਸੋ ਦੋਸਤੋ, ਤੁਹਾਨੂੰ ਇਸ ਸੌਂਗ ਦੀ ਕਿੰਨੀ ਕੁ ਵੇਟ ਹੈ ਕਮੈਂਟ ਕਰਕੇ ਜ਼ਰੂਰ ਦੱਸਿਓ। ਸੋ ਮਿਲਾਂ ਕਿਸੇ ਨਵੀਂ ਅਪਡੇਟ ਨਾਲ, ਤੁਸੀਂ ਦੇਖ ਰਹੇ ਹੋ ਲਵ ਫੋਰ ਐਵਰ ਚੈਨਲ।